ਤੁਸੀਂ ਦੋਸਤੋ ਨੇ ਬੜੀਆਂ-ਬੜੀਆਂ ਸਸਤੀਆਂ ਜ਼ਮੀਨਾਂ ਦੇਖੀਆਂ ਹੋਣਗੀਆਂ ਇੰਟਰਨੈਟ ਤੇ ਲੇਕਿਨ ਇਤਨੀ ਸਸਤੀ ਜ਼ਮੀਨ ਤੁਸੀਂ ਦੋਸਤੋ ਨੇ ਪਹਿਲੇ ਕਦੇ ਵੀ ਨਹੀਂ ਦੇਖੀ ਹੋਣੀ ਜਿਤਨੀ ਸਸਤੀ ਤੇ ਅੱਛੀ ਜ਼ਮੀਨ ਦੋਸਤੋ ਨੂੰ ਅੱਜ ਮੈਂ ਦਿਖਾਉਂਦਾ ਪਿਆ ਇਨਸ਼ਾ ਅੱਲਾਹ ਤੁਸੀਂ ਦੋਸਤ ਅਗਰ ਇਸ ਜ਼ਮੀਨ ਨੂੰ ਅੱਛੀ ਤਰ੍ਹਾਂ ਸਮਝ ਲਓਗੇ ਆਪਣੀ ਗੱਲ ਬਾਤ ਸੁਣੋਗੇ ਧਿਆਨ ਨਾਲ ਆਪਣੀ ਵੀਡੀਓ ਦੇਖੋਗੇ ਮੁਕੰਮਲ ਤੁਸੀਂ ਦੋਸਤੋ ਖੁਦ ਇਸ ਗੱਲ ਨੂੰ ਮੰਨੋਗੇ ਕਿ ਪਾਈ ਅਬਦੁਲ ਵਾਹਿਦ ਇਹ ਵਾਕਈ ਸਭ ਤੋਂ ਸਸਤੀ ਜ਼ਮੀਨ ਹੈ ਤੇ ਸਭ ਤੋਂ ਅੱਛੀ ਜ਼ਮੀਨ ਹੈ। ਅਸਲਾਮੁਅਲੈਕਮ ਦੋਸਤੋ ਤੁਸੀਂ ਵੇਖ ਰਹੇ ਹੋ ਆਪਣਾ YouTube ਚੈਨਲ ਪਾਕ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਬਦੁਲ ਵਾਹਿਦ। ਜਿਵੇਂ ਕਿ ਮੇਰੇ ਦੋਸਤੋ ਨੂੰ ਪਤਾ ਹੈ ਜਿਹੜੇ ਆਪਣੇ ਪੁਰਾਣੇ ਸਬਸਕ੍ਰਾਈਬਰ ਹੈਗੇ ਨੇ ਆਪਣੀਆਂ ਸਾਰੀਆਂ ਵੀਡੀਓ ਦੇਖਦੇ ਨੇ ਤਸੱਲੀ ਨਾਲ ਉਹਨਾਂ ਨੂੰ ਪਤਾ ਹੈ ਅੱਲਾ ਦਾ ਸ਼ੁਕਰ ਹੈ ਕਿ ਆਪਣੀ ਜ਼ਮੀਨਾਂ ਹੁੰਦੀਆਂ ਨੇ ਸਭ ਤੋਂ ਸਸਤੀਆਂ ਲੋਕੇਸ਼ਨ ਖਾਸ ਹਰ ਪਾਸੋਂ ਕਲੀਅਰ ਕੋਈ ਮਸਲਾ ਨਹੀਂ ਕੋਈ ਮੁਸਾਇਲ ਨਹੀਂ ਬਿਲਕੁਲ ਕਲੀਅਰ ਪਾਕ ਸਾਫ਼ ਜ਼ਮੀਨਾਂ ਦੋਸਤਾਂ ਨੂੰ ਆਪਾਂ ਦਿਖਾਉਂਦੇ ਹੁੰਨੇ ਆ ਤੇ ਸਭ ਤੋਂ ਵੱਡੀ ਗੱਲ ਇਹ ਨੰਬਰ ਦੋਸਤਾਂ ਨੂੰ ਸਾਹਮਣੇ ਸਕਰੀਨ ਤੇ ਮਿਲਦੇ ਹੁੰਦੇ ਨੇ ਤੇ ਮੇਰਾ WhatsApp ਨੰਬਰ ਲੱਗਿਆ ਹੁੰਦਾ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਅੱਜ ਜੀ ਅਰਫਾਨ ਅਬਾਸ ਸਾਹਿਬ ਦੇ ਨੰਬਰ ਸਾਹਮਣੇ ਸਕਰੀਨ ਤੇ ਲੱਗੇ ਹੁੰਦੇ ਨੇ ਤੁਸੀਂ ਆਪਣੀ ਪਿਛਲੀਆਂ तमाम ਵੀਡੀਓ ਚੈੱਕ ਕਰ ਸਕਦੇ ਜੀ ਤੇ ਮੇਰਾ WhatsApp ਨੰਬਰ ਲੱਗਾ ਹੁੰਦਾ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਯਾਨੀ ਕਿ ਦੋਸਤਾਂ ਨੂੰ ਮਿਲਦੇ ਨੇ ਤਿੰਨ ਨੰਬਰ ਇਹ ਨਹੀਂ ਕਿ ਦੂਸਰੇ ਦੋਸਤਾਂ ਤਰ੍ਹਾਂ ਸਸਤੀਆਂ ਜ਼ਮੀਨਾਂ ਦਿਖਾ ਦਈਏ ਤੇ ਹਟ ਕੇ ਆਪਣੇ ਨੰਬਰ ਬੰਦ ਕਰ ਦਈਏ ਆਪਣੀ WhatsApp ਹੁੰਦੀ 24 ਘੰਟੇ ਆਨ ਤੇ ਜਿਹੜੇ ਦੋਸਤ ਗਲਤ ਕਮੈਂਟ ਕਰਦੇ ਨੇ ਉਹਨੂੰ ਗਲਤ ਗਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਵਗੈਨੇ ਡੀਲਰ ਤੁਸੀਂ ਕਿਸੇ ਦੇ ਗਲਤ ਡਾਕੂਮੈਂਟ ਤੇ ਇਤਬਾਰ ਨਹੀਂ ਕਰਨਾ ਹੈਗਾ ਜਿਹੜੇ ਗਲਤ ਡਾਕੂਮੈਂਟ ਕਰਦੇ ਪੈਣ ਨਾ ਡੀਲਰ ਹਜ਼ਰਤ ਉਹ ਆਪਣੇ ਨਾਲ WhatsApp ਤੇ ਰਾਬਤਾ ਨਹੀਂ ਕਰਦੇ ਹੈਗੇ ਜੀ ਕਿਉਂਕਿ ਦੋਸਤੋ ਇਸ ਤਰ੍ਹਾਂ ਤੇ ਮੈਂ ਖੁਦ ਚਾਹਾਂ ਤੇ ਕਿਸੇ ਦੀ ਮੂਵੀ ਦੇ نیچے ਡਾਕੂਮੈਂਟ ਕਰ ਸਕਣਾ ਕਿ ਇਹ ਬੰਦਾ ਝੂਠ ਬੋਲਦਾ ਪਿਆ ਹੈ ਕਿ ਫਲਾ ਹੈ ਇਸ ਤਰ੍ਹਾਂ ਕੰਮ ਨਹੀਂ ਹੈਗਾ ਇਹ ਵੀਡੀਓ ਫੇਕ ਹੈਗੀ ਇਹ ਸਿਰਫ ਆਪਣੇ ਵਿਊਜ਼ ਲੈ ਰਿਹਾ ਹੈ ਇਸ ਤੋਂ ਤਾਂ ਮੈਂ ਵੀ ਕਰ ਸਕਣਾ ਲੇਕਿਨ ਮਜ਼ਾ ਤਾਂ ਉਦੋਂ ਆਉਂਦਾ ਹੈ ਚਸ ਉਦੋਂ ਆਉਂਦੀ ਏ ਜਦੋਂ ਆਪਾਂ WhatsApp ਤੇ ਅਗਲੇ ਦੇ ਨਾਲ ਆਮਨੇ ਸਾਹਮਨੇ ਬੈ ਕੇ ਮੁਕਾਬਲਾ ਕਰੀਏ ਅਗਲੇ ਨੂੰ WhatsApp ਤੇ ਆਪਾਂ ਹਰਾ ਕੇ ਵਿਖਾਈਏ ਸੱਚੇ ਬੰਦੇ ਦਾ WhatsApp ਤੇ ਮੁਕਾਬਲਾ ਕਰਨਾ ਬੜਾ ਔਖਾ ਹੁੰਦਾ ਜੀ ਤੇ ਇਸ ਵਾਸਤੇ ਮੈਂ ਗੱਲ ਕਰਦਾ ਪਿਆ ਜਿਹੜੇ ਕਹਿੰਦੇ ਨਾ ਕਿ ਵੀਡੀਓ ਫੇਕ ਹੈਗੀ ਏ ਇਸ ਤਰ੍ਹਾਂ ਨਹੀਂ ਹੈਗਾ ਉਹ ਸਿਰਫ ਕਮੈਂਟ ਕਰਦੇ ਨੇ WhatsApp ਤੇ ਨਹੀਂ ਆ ਦੇਗੇ ਜੀ ਤੇ ਦੋਸਤੋ ਕਾਫੀ ਅਰਸੇ ਤੋਂ ਬਾਅਦ ਕਾਫੀ ਦੇਰ ਤੋਂ ਬਾਅਦ ਕਿਉਂਕਿ ਇਹ ਸਾਈਡ ਤੇ ਮੈਂ ਕੰਮ ਕਰਦਾ ਹੁੰਦਾ ਸੀ ਕੋਈ ਅੱਜ ਤੋਂ ਕੋਈ 4-5 ਸਾਲ ਪਹਿਲੇ ਇਹ ਜ਼ਿਲ੍ਹਾ ਬਹਾਵਲਨਗਰ ਜਿਹੜਾ ਇਲਾਕਾ ਹੈਗਾ ਨਾ ਕੰਮ ਤਾਂ ਆਪਾਂ ਇੱਥੇ ਹੁਣ ਵੀ ਕਰਨੇ ਆ ਲੇਕਿਨ ਹੁਣ ਥੋੜਾ ਜਿਹਾ ਘਟ ਕਰ ਛੱਡਿਆ ਸੀ ਯਾਨੀ ਕਿ ਗੱਲ ਕਰਨ ਦਾ ਮਕਸਦ ਹੈ ਕਿ ਅੱਜ ਤੋਂ ਕੋਈ 4-5 ਸਾਲ ਪਹਿਲੇ ਇਸ ਇਲਾਕੇ 'ਚ ਮੈਂ ਕਾਫੀ ਜ਼ਿਆਦਾ ਕੰਮ ਕਰਦਾ ਸੀ ਯਾਨੀ ਕਿ ਤਕਰੀਬਨ ਕੋਈ ਅਸੀਂ ਫਿਰ ਉਸ ਜ਼ਮੀਨ 'ਤੇ ਵੀ ਵੀਰੋ ਮਰੀਆ ਇਸ ਇਲਾਕੇ ਦੀ ਹੁੰਦੀਆਂ ਸੀ ਲੇਕਿਨ ਫਿਰ ਆਪਣੇ ਦੋਸਤ ਕਹਿਣ ਲੱਗ ਪਏ ਸੀ ਆਪਣੇ ਸਬਸਕ੍ਰਾਈਬਰ ਹਜ਼ਾਰਾਂ ਕਹਿਣ ਲੱਗ ਪਏ ਸਨ ਕਿ ਜ਼ਮੀਨ ਐਸ ਤੋਂ ਵੀ ਸਸਤੀ ਹੋਵੇ ਜ਼ਮੀਨ ਹੱਦ ਤੋਂ ਜ਼ਿਆਦਾ ਸਸਤੀ ਹੋਵੇ ਤੇ ਇਸ ਲਈ ਫਿਰ ਮੈਂ ਚਕਵਾਲ ਦੇ ਇਲਾਕੇ 'ਚ ਕੰਮ ਕੀਤਾ 80% ਹੁਣ ਕੰਮ ਆਪਣਾ ਸਿਰਫ 20% ਰਹਿ ਗਿਆ ਇਹਦੇ ਆਰਫ ਵਾਲਾ ਸਾਈ ਵਾਲ ਪਾਕਪਤਨ ਬਾਵਲ ਨਗਰ ਇੱਥੇ ਸਿਰਫ 20% ਕੰਮ ਰਹਿ ਗਿਆ ਅਸੀਂ ਫਿਰ ਤੋਂ ਆਪਾਂ ਕੰਮ ਕਰਦੇ ਪਏ ਆ ਹਾਜੀ ਸਾਹਿਬ ਦੇ ਨਾਲ ਮਿਲ ਕੇ ਚਕਵਾਲ ਦੇ ਇਲਾਕੇ 'ਚ ਕਿਉਂਕਿ ਉੱਥੇ ਜ਼ਮੀਨ ਮਾਸ਼ੱਲਾ ਸਸਤੀ ਵੀ ਹੁੰਦੀ ਏ ਤੇ ਲੋਕੇਸ਼ਨ ਵੀ ਖਾਸ ਹੁੰਦੀ ਏ ਤੇ ਅੱਜ ਇਹ ਕਾਫੀ ਅਰਸ ਤੋਂ ਬਾਅਦ ਮੈਂ ਇਹ ਜ਼ਿਲ੍ਹਾ ਬਹਾਵਨਗਰ ਦੇ ਵਿੱਚ ਦੋਸਤਾਂ ਵਾਸਤੇ ਮੈਂ ਇੱਕ ਜ਼ਰੇ ਜ਼ਮੀਨੇ ਇੱਕ ਐਸੀ ਲੈ ਕੇ ਹਾਜ਼ਰ ਹੋਇਆ ਕਿ ਜ਼ਮੀਨਾਂ ਦੇ ਵਸੀਆਂ ਬੜੀਆਂ ਆਈਆਂ ਨੇ ਨਾ ਜ਼ਮੀਨਾਂ ਤੇ ਜ਼ਿਲ੍ਹਾ ਬਹਾਵਨਗਰ ਦੇ ਵਿੱਚ ਬੜੀਆਂ ਆਗੀਆਂ ਨੇ ਲੇਕਿਨ ਮੈਂ ਇੱਕ ਐਸੀ ਜ਼ਮੀਨ ਲੈ ਕੇ ਹਾਜ਼ਰ ਹੋਇਆ ਜਿੰਦਾ तकरीबन मेरे यार दोस्त नु हर सब्सक्राइबर नु ਇੰਤਜ਼ਾਰ ਹੈ کافی ਕਿਉਂਕਿ اگر ਕੋਈ ਆਮ ਜ਼ਮੀਨ ਹੁੰਦੀ ਤੇ ਫਿਰ ਮੈਂ ਦਿਖਾਣੀ ਨਹੀਂ ਨੀ ਹੈਗੀ ਸੀ ਲਿਹਾਜ਼ਾ ਚੰਗੀ ਜ਼ਮੀਨ ਹੈ ਇਸ ਵਾਸਤੇ ਆਪਾ ਦਿਖਾंदे ਪਏ ਆ ਖਾਸ ਲੋਕੇਸ਼ਨ ਬਿਲਕੁਲ ਪਲੈਨ ਤੇ 15 ਪਲਾਟ ਵੈਸੇ ਦਾ ਗੈਰ آباد ਪਈ ਹੈ ਲੇਕਿਨ ਤੁਸੀਂ ਐਂ ਸਮਝ ਲਓ ਕਿ ਜਿਵੇਂ ਕਿ ਇਹ ਜ਼ਮੀਨ ਆਬਾਦ ਹੈ ਸੱਜੇ ਖੱਬੇ ਦੋਸਤਾਂ ਨੂੰ ਹਰ ਤਰ੍ਹਾਂ ਦੀ ਫਸਲ ਮਿਲੇਗੀ ਬਿਜਲੀ ਬੇਸ਼ੁਮਾਰ ਮੌਕੇ ਤੇ ਮਿਲੇਗੀ ਇਹ ਪਲੈਨ ਪਲਾਟ 15 ਪਲਾਟ ਤੁਹਾਡੇ ਸਾਹਮਣੇ ਹੱચી ਤੇ ਖਾਲਸ ਮਿੱਟੀ ਵਾਲਾ ਜਿਵੇਂ ਕਿ ਮੈਂ ਕਈਆਂ ਮੂਵੀਆਂ ਦੇ ਵਿੱਚ ਗੱਲ ਕਰਦਾ ਹੁੰਨਾ ਨਾ ਕਿ ਕਈ ਦੋਸਤ ਐਸੇ ਹੁੰਦੇ ਨੇ ਜਿਹੜੇ ਕਿ ਆਊਟ ਆਫ ਕੰਟਰੀ ਰਵਾਨਾ ਹੋ ਜਾਂਦੇ ਨੇ ਯਾਨੀ ਕਿ ਜਿਹੜੇ ਬਾਹਰ ਚਲੇ ਜਾਂਦੇ ਨੇ ਤੇ ਜਾਨ ਲੱਗਿਆ ਆਪਣੀ ਜ਼ਮੀਨ ਠੇਕੇ ਤੇ ਵੀ ਨਹੀਂ ਦਿੰਦੇ ਹੈਗੇ ਯਾਨੀ ਕਿ ਇੱਕ ਆਪਣੇ ਜਿਹੜਾ ਕਿ ਨਾ ਇੱਕ ਅਦਤ ਹੁੰਦੀ ਹੈ ਕਈ ਦੋਸਤਾਂ ਦੀ ਕਿ ਜ਼ਮੀਨ جان ਲਗਿਆ ਸੇਲ ਵੀ ਨਹੀਂ ਕਰਦੇ ਹੈਗੇ ਫੋਰੀ ਤੌਰ ਤੇ ਤੇ ਕਿਸੇ ਨੂੰ ਠੇਕੇ ਤੇ ਵੀ ਨਹੀਂ ਦਿੰਦੇ ਹੈਗੇ ਇਹ ਵੀ ਇੱਕ ਐਸੀ ਜ਼ਮੀਨ ਹੈ ਜਿਹੜੇ ਕਿ ਮਾਲਕ ਖੁਦ ਬਾਹਰ ਚਲੇ ਗਏ ਲੇਕਿਨ ਜ਼ਮੀਨ ਨਾ ਹੀ ਤਾਂ ਸੇਲ ਕੀਤੀ ਉਦੋਂ ਤੇ ਨਾ ਹੀ ਕਿਸੇ ਨੂੰ ਠੇਕੇ ਤੇ ਦਿੱਤੀ ਨਿਹਾਜ਼ਾ ਦੋਸਤੋ ਇਹ ਜ਼ਮੀਨ ਹੁਣ ਬੜਾ ਇਹ ਸੇਲ ਹੈ 기ਜੇ ਕਿਉਂਕਿ ਮਾਸ਼ਾਅੱਲਾ ਹੁਣ ਆਪਣੇ ਦੋਸਤ ਯਾਨੀ ਕਿ ਜ਼ਮੀਨ ਦੇ ਮਾਲਕ ਉਨ ਖੁਦ ਆਪਣਾ ਨੰਬਰ ਲੈ ਕੇ YouTube ਤੋਂ ਆਪਣਾ ਨੰਬਰ ਲੈ ਕੇ ਆਪਣੇ ਨਾਲ رابطہ ਕੀਤਾ ਕਿ ਭਾਈ ਅਬਦਲ ਵਾਹਿਦ ਹੁਣ ਆਪਾਂ ਇਹ ਜ਼ਮੀਨ ਸੇਲ ਕਰਨੀ ਹੈ ਤੇ ਦੋਸਤੋ ਇੰਤਖਾਈ ਸਸਤੀ ਕੀਮਤ ਵਿੱਚ ਇਹ ਆਪਣੇ ਕੋਲੇ 2 ਮਰਬੇ ਜ਼ਮੀਨ ਹੈਗੀ ਜੀ ਇੰਦੇ ਵਿੱਚੋਂ ਆਪਾਂ ਇੱਕ ਮਰਬਾ ਜ਼ਮੀਨ ਨਹੀਂ ਲੈ ਸਕਦੇ ਆਪਾਂ ਨੂੰ ਇਹ 2 ਮਰਬੇ ਜ਼ਮੀਨ ਇਕੱਠੀ ਮਿਲੇਗੀ ਜੀ ਦੋਸਤੋ ਇਹ 2 ਮਰਬੇ ਜ਼ਮੀਨ ਦੋਨਾਂ ਭਾਈਆਂ ਦੇ ਨਾਮ ਤੇ ਹੈਗੀ ਜੀ ਯਾਨੀ ਕਿ ਇੱਕ ਇੱਕ ਭਾਈ ਦੇ ਨਾਮ ਤੇ ਇੱਕ ਕਿ ਮਰਬਾ ਜ਼ਮੀਨ ਹੈ ਕੀ ਇਹ ਕਿਉਂਕਿ ਉਹਨਾਂ ਨੇ ਆਪਣੇ ਨਾਲ ਇਹ ਗੱਲ ਕੀਤੀ ਹੈ ਜ਼ਾਹਰ ਕਿ ਆਪਣੀ ਇਹ ਵੀਡੀਓ ਜਿਹੜੀ ਜ਼ਮੀਨ ਦੇ ਮਾਲਕ ਹਨ ਉਹ ਵੀ ਦੇਖ ਰਹੇ ਨੇ ਇਸ ਵਾਸਤੇ ਆਪਾਂ ਗੱਲ ਕਰਾਂਗੇ ਸਿੱਧੀ ਤੇ ਬਿਲਕੁਲ ਕਲੀਅਰ ਉਹਨਾਂ ਨੇ ਇਹ ਗੱਲ ਕੀਤੀ ਹੈ ਅਗਰ ਇੱਕ ਮਰਬਾ ਜ਼ਮੀਨ ਸੇਲ ਹੁੰਦੀ ਹੋਈ ਅਸੀਂ ਸੇਲ ਨਹੀਂ ਕਰਨੀ ਅਸੀਂ ਦੋਹਾਂ ਪਾਈਆਂ ਨੇ ਜ਼ਮੀਨ ਇਕੱਠੀ ਸੇਲ ਕਰਨੀ ਹੈ ਤੇ ਦੋਸਤੋ ਤੁਹਾਡੇ ਅਗੇ ਇਹ ਵੀ ਰਿਕਵੈਸਟ ਹੈ ਕਿ ਤੁਸੀਂ ਵੀਡੀਓ ਇੱਕਸਾਰ ਮੁਕੰਮਲ ਦੇਖਿਆ ਕਰੋ ਅਕਸਰ ਦੋਸਤ ਇਹ ਵੀਡੀਓ ਵਿੱਚੋਂ ਕੱਟ ਕੇ ਸਕਿਪ ਕਰਕੇ ਕਹਿੰਦੇ ਨੇ ਕਿ ਭਾਈ ਇਹਦੀ ਕੀਮਤ ਕਿੰਨੀ ਹੈਗੀ ਸੀ? ਯਾਨੀ ਕਿ نیچے ਕਮੈਂਟ ਕਰ ਦਿੰਦੇ ਨੇ। ਦੋਸਤੋ ਆਪਾਂ ਹਰ ਜ਼ਮੀਨ ਦੀ ਕੀਮਤ, ਹਰ ਜ਼ਮੀਨ ਦੀ ਲੋਕੇਸ਼ਨ ਜਿਹੜੀ ਖਾਸ-ਖਾਸ ਲੋਕੇਸ਼ਨ ਹੁੰਦੀ ਨਾ ਆਪਾਂ ਮੂਵੀ ਦੇ ਅੰਦਰ ਬਿਆਨ ਕਰ ਦਿੰਦੇ ਹੁੰਨੇ ਆ। ਸੱਜੇ ਖੱਬੇ ਤਮਾਮ ਜ਼ਮੀਨਾਂ ਆਬਾਦ ਨੇ। ਇਹ ਦਰਮਿਆਨ ਦੇ ਵਿੱਚ ਸਿਰਫ 2 ਮਰਬੇ ਜ਼ਮੀਨ ਹੈ ਗੈਰ-ਬਾਦ ਪਈ ਹੈ ਲੇਕਿਨ ਬਿਲਕੁਲ ਪਲਾਨ ਪਈ ਹੈ। ਇਸ ਤਰ੍ਹਾਂ ਪਲਾਨ ਪਈ ਕਿ ਤੁਹਾਨੂੰ ਲੈਜ਼ਰ ਕਰਨ ਦੀ ਇੱਥੇ ਜ਼ਰੂਰਤ ਨਹੀਂ ਪੇਸ਼ਾਨੀ ਹੈਗੀ ਜੀ ਕਿ ਪੱਕੇ ਰਸਤੇ ਤੇ ਵੇਖੋ ਆਪਣੇ ਖੱਬੇ ਹੱਥ ਰਸਤਾ ਹੈਗਾ ਜੀ ਪੱਕਾ ਪੱਕੇ ਰਸਤੇ ਤੇ ਆਪਣੀ ਜ਼ਮੀਨ ਦਾ ਫਰੰਟ ਹੈਗਾ ਜੀ ਬਾਕੀ ਦੋਸਤੋ ਰਸਤਾ ਥੋੜਾ ਜਿਹਾ ਹੈ ਪੁਰਾਣਾ ਹੈ ਲੇਕਿਨ ਹੈ ਪੱਕਾ ਹੈ ਧੰਨ ਕਿ ਅੱਪ ਗੱਲ ਕਰਾਂਗੇ ਸਿੱਧੀ ਤੇ ਕਲੀਅਰ ਇਹ ਆਪਣੇ ਸੱਜੇ ਹੱਥੋਂ ਪੱਕਾ ਰਸਤਾ ਆ ਗਿਆ ਜੀ ਦੋਸਤੋ ਅੱਜ ਦੇ ਦੌਰ ਦੇ ਵਿੱਚ ਨਹਿਰੀ ਪਾਣੀ ਵਾਲੀ ਜ਼ਮੀਨ ਇਸ ਕੀਮਤ ਦੇ ਵਿੱਚ ਕਦੇ ਵੀ ਨਹੀਂ ਮਿਲਦੀ ਹੈਗੀ ਜੀ ਦੋਸਤੋ ਮਿੱਠਾ ਤੇ ਨਹਿਰੀ ਪਾਣੀ ਕਿ ਨੀਚੇ ਵਾਲਾ ਪਾਣੀ ਸ਼ਰਤੀਆ ਮਿੱਠਾ ਹੋਵੇ ਤੇ ਸਾਲ ਦਾ ਨਹਿਰੀ ਪਾਣੀ ਹੋਵੇ ਸਰਕਾਰੀ ਪਾਣੀ ਹੋਵੇ ਫਿਰ ਜ਼ਮੀਨ ਦੀ ਕੀਮਤ ਪਹੁੰਚੀ ਪਈ ਹੈ ਇਸ ਟਾਈਮ 50 ਤੋਂ 60 ਲੱਖ ਰੁਪਿਆ ਫੀ ਏਕੜ ਦੇ ਹਿਸਾਬ ਨਾਲ ਕਿਉਂਕਿ ਇਹ ਹੁਣ ਉਹ ਦੌਰ ਨਹੀਂ ਰਹਿ ਗਿਆ ਕਿ ਆਪਾਂ ਨੂੰ 20-25 ਲੱਖ ਦੀ ਫੀ ਏਕੜ ਨਹਿਰੀ ਪਾਣੀ ਵਾਲੀ ਜ਼ਮੀਨ ਮਿਲ ਜਾਏਗੀ ਦੋਸਤੋ ਨਹਿਰੀ ਪਾਣੀ ਵਾਲੀ ਜ਼ਮੀਨ ਹੁਣ ਮਿਲਦੀ ਹੈ 50 ਤੋਂ 60 ਲੱਖ ਰੁਪਿਆ ਫੀ ਏਕੜ ਤੁਸੀਂ ਫੇਕ ਵੀਡੀਓ ਤੋਂ ਬਚੋ ਤੇ ਹਕੀਕਤ ਵੱਲ ਆਓ ਝੂਠ ਬੋਲ ਕੇ ਮੈਂ ਵੀ ਵੀਡੀਓ ਅਪਲੋਡ ਕਰ ਸਕਨਾ ਕਿ ਭਾਈ ਇਹ ਜ਼ਮੀਨ ਪਈ ਇਹਦਾ 20 ਲੱਖ ਦੀ ਮੰਗ ਹੈਗੀ ਏ ਤੇ ਨੇਰੀ ਪਾਣੀ ਵਾਫਰ ਹੈਗਾ ਮੈਂ ਵੀ ਇਹ ਕੰਮ ਕਰ ਸਕਨਾ ਲੇਕਿਨ ਆਪਾਂ ਇਹ ਕੰਮ ਨਹੀਂ ਕਰਦੇਗੇ ਜਿਹੜੀ ਕੀਮਤ ਚੱਲਦੀ ਪਈ ਏ ਮੌਕੇ ਤੇ ਆਪਾਂ ਸਿਰਫ ਉਹ ਬਿਆਨ ਕਰਦੇ ਹਾਂ ਕਿਉਂਕਿ ਤੁਸੀਂ ਮੌਕੇ ਤੇ ਵੀ ਆਣਾ ਹੈ ਤੁਸੀਂ ਮੇਰੇ ਨਾਲ رابطہ ਕਰਕੇ ਮੌਕੇ ਤੇ ਵੀ ਆਣਾ ਇਸ ਵਾਸਤੇ ਆਪਾਂ ਨੂੰ ਕੀ ਜ਼ਰੂਰਤ ਹੈਗੀ ਕਿ ਆਪਾਂ ਗਲਤ ਬਿਆਨੀ ਕਰਕੇ ਤੁਹਾਨੂੰ ਮੌਕੇ ਤੇ ਬੁਲਾ ਲਈਏ ਤੇ ਹਟ ਕੇ ਆਪਣੀ ਬੇਇੱਜ਼ਤੀ ਕਰਵਾ ਲਈਏ ਹੈ ਤੇ ਦੋਸਤੋ ਇਹ ਜ਼ਮੀਨ ਵੀ ਇੱਕ ਤਰ੍ਹਾਂ ਦੀ ਆਬਾਦ ਜ਼ਮੀਨ ਆਪਾਂ ਕਹਿ ਸਕਨੇ ਆ ਕਿਉਂਕਿ ਇਹ ਜ਼ਮੀਨ ਅੱਜ ਤੋਂ ਕੋਈ 5 6 ਸਾਲ ਪਹਿਲੇ ਆਬਾਦ ਹੁੰਦੀ ਸੀ ਕੋਈ 5 7 ਸਾਲ ਪਹਿਲੇ ਮਾਲਕ ਦੇ ਕਹਿਣ ਦੇ ਮੁਤਾਬਕ ਇਹ ਜ਼ਮੀਨ ਮੁਕੰਮਲ ਆਬਾਦ ਹੈ ਸੀ ਇੱਥੇ ਹਰ ਫਸਲ ਖਾਸ਼ਤ ਹੁੰਦੀ ਸੀ ਇੱਥੇ 25 ਮਿੰਟ ਫੀ ਏਕੜ ਦੇ ਹਿਸਾਬ ਨਾਲ ਇਨੇਰੀ ਪਾਣੀ ਸਲਾਨਾ ਯਾਨੀ ਕਿ ਤੁਹਾਨੂੰ ਮਿਲੇਗਾ ਸਾਲ ਭਰ ਇਨੇਰੀ ਪਾਣੀ 25 ਮਿੰਟ ਫੀ ਏਕੜ ਦੇ ਹਿਸਾਬ ਨਾਲ ਤਰਪੈਨ ਟਿਊਬਲ ਵਗੈਰਾ ਐ ਜ਼ਮੀਨ ਦੇ ਅੰਦਰ ਨਹੀਂ ਹੈਗਾ ਤਾਂ ਨਾ ਹੀ ਪਹਿਲੇ ਹੈਗਾ ਸੀ ਕਿਉਂਕਿ ਜਿਹੜੀ ਹੁੰਦੀ ਨਾ ਆਮ ਫਸਲਾਂ ਜਿਵੇਂ ਕਿ ਆਪਣਾ ਕਪਾ ਗੰਦਮ ਜਾਨਵਰਾਂ ਦਾ ਚਾਰਾ ਵਗੈਰਾ ਤਿਲ ਵਗੈਰਾ ਯਾਨੀ ਕਿ ਇਸ ਤਰ੍ਹਾਂ ਕਈ ਫਸਲਾਂ ਹੁੰਦੀਆਂ ਨੇ ਦਲੀਆ ਕੇ ਟਿਊਬਲ ਤੋਂ ਬਿਗੈਰ ਆਪਾਂ ਲੈ ਸਕਨੇ ਆ ਸਿਰਫ ਇੱਕ ਇਹ ਮੂੰਜੀ ਯਾਨੀ ਕਿ ਚਾਵਲ ਇੱਕ ਚਾਵਲ ਦੀ ਫਸਲ ਤੇ ਕਮਾਂਦ ਇਹ ਕੁਝ ਫਸਲਾਂ ਐਸੀਆਂ ਹੀ ਨੇ ਜਿਨ੍ਹਾਂ ਨੂੰ ਪਾਣੀ ਚਾਹੀਦਾ ਵਾਫਰ ਇਸ ਵਾਸਤੇ ਟਰਪੈਨ ਹੋਣਾ ਜ਼ਰੂਰੀ ਹੈ ਲੇਕਿਨ ਜਿਹੜੀਆਂ ਫਸਲਾਂ ਨੇਦੀ ਪਾਣੀ ਤੋਂ ਹੋ ਸਕਦੀਆਂ ਨੇ ਉਹਨਾਂ ਵਾਸਤੇ ਕੋਈ ਮਸਲਾ ਨਹੀਂ ਆਗਾ ਕਿਉਂਕਿ ਮੂੰਜੀ ਕਮਾਨ ਵਗੈਰਾ ਨੂੰ ਪਾਣੀ ਹੁੰਦਾ ਹੈ ਜ਼ਿਆਦਾ। ਬਾਕੀ ਵੀ گزارਾ ਹੋ ਸਕਦਾ ਲੇਕਿਨ ਖਾਸ ਤੌਰ ਤੇ ਚਾਵਲ ਦੀ ਫਸਲ ਵਾਸਤੇ ਨਾਲ ਨਹਿਰੀ ਪਾਣੀ ਲਾਜ਼ਮੀ ਹੈ ਵਰਨਾ ਟਰਪੈਨ ਤੇ ਕਾਫੀ ਖਰਚਾ ਹੋ ਜਾਂਦਾ ਹੈ। ਤੇ ਬਾਕੀ ਅਗਰ ਆਪਾਂ ਸੋਲੂ ਸਿਸਟਮ ਦੀ ਸਹੂਲਤ ਇੱਥੇ ਮੌਕੇ ਤੇ ਕਾਮ ਕਰ ਲਈਏ ਤਾਂ ਫਿਰ ਤਾਂ ਮਸਲਾ ਹੀ ਕੋਈ ਨਹੀਂ ਹੈਗਾ। ਫਿਰ ਆਪਾਂ ਜਿਹੜੀ ਫਸਲ ਚਾਹੂੰ ਜਿੰਨੀ ਚਾਹੂੰ ਯਾਨੀ ਕਿ ਪਾਣੀ ਫਿਰ ਆਪਾਂ ਨੂੰ ਵਾਫਰ ਮਿਲ ਜਾਂਦਾ ਹੁੰਦਾ ਹੈ। ਤੇ ਦੋਸਤੋ ਜ਼ਿਲ੍ਹਾ ਬਹਾਵਲ ਨਗਰ ਤਖਸੀਲ ਮਿੰਚਨਾਬਾਦ ਬਹਾਵਲ ਨਗਰ ਤੇ ਮਿੰਚਨਾਬਾਦ ਦੇ ਤਕਰੀਬਨ ਦਰਮਿਆਨ ਦੇ ਵਿੱਚ ਆਪਣੇ ਕੋਲੇ ਇਹ ਜ਼ਮੀਨ ਹੈਗੀ ਜੇ ਤੇ ਬਹਾਵਲ ਨਗਰ ਮਿੰਚਨਾਬਾਦ ਮেইন ਰੋਡ ਤੋਂ ਤਕਰੀਬਨ ਕੋਈ 6-7 ਕਿਲੋਮੀਟਰ ਦੇ ਫਾਸਲੇ ਤੇ ਆਪਣੇ ਕੋਲੇ ਇਹ ਜ਼ਮੀਨ ਹੈਗੀ ਜੇ ਇਸ ਤੇ ਸੱਜੇ ਖੱਬੇ ਇਸ ਜ਼ਮੀਨ ਦੀ ਕੀਮਤ ਚੱਲਦੀ ਪਈ ਹੈ 35 ਤੋਂ 40 ਲੱਖ ਰੁਪਏ فی ਏਕੜ ਦੇ حساب ਨਾਲ ਆਸ-ਪਾਸ ਜਿਹੜੀ ਜ਼ਮੀਨ ਆਬਾਦ ਹੈਗੀ ਨਾ ਕੀਮਤ ਚੱਲਦੀ ਪਈ ਏ ਤੁਸੀਂ ਮੌਕੇ ਤੇ ਆ ਕੇ ਚੈੱਕ ਕਰ ਸਕਦੇ ਜੇ ਕਿ ਉਹ ਨਾ ਹੀ ਹੁੰਦਾ ਨੰਬਰ ਪਰਾਵਾਂ ਦੇ ਸਾਹਮਣੇ ਹੁੰਦਾ WhatsApp ਨੰਬਰ ਦੋਸਤਾਂ ਦੇ ਸਾਹਮਣੇ ਹੁੰਦਾ ਇੱਥੇ 35 ਤੋਂ 40 ਲੱਖ ਰੁਪਏ ਜ਼ਮੀਨ ਦੀ ਫੀ ਏਕਰ ਦੇ ਹਿਸਾਬ ਨਾਲ ਕੀਮਤ ਚੱਲਦੀ ਪਈ ਜੇ ਦੋਸਤੋ ਇਹ ਬਹਾਵਲ ਨਗਰ ਦੀ ਜ਼ਮੀਨਾਂ ਦੀ ਕੀਮਤ ਹੈਗੀ ਕਿਉਂਕਿ ਇਲਾਕੇ ਇਲਾਕੇ ਦਾ ਫਰਕ ਹੁੰਦਾ ਹੈ ਜਗ੍ਹਾ ਦਾ ਮਾਹੌਲ ਦਾ ਮਿੱਟੀ ਦਾ ਬੜਾ ਫਰਕ ਹੁੰਦਾ ਹੈ ਤੇ ਇਹਦੇ ਨਾਲ ਦੀ ਜ਼ਮੀਨ ਇੱਥੇ ਆਰਫ ਵਾਲਾ ਸਹੀਵਾਲ ਇਹ ਪਾਕਪਤਨ ਇੱਥੇ ਡਿਮਾਂਡ ਚੱਲਦੀ ਪਈ ਏ 50 ਤੋਂ 60 ਲੱਖ ਰੁਪਇਆ ਫੀ ਏਕੜ ਦੇ ਹਿਸਾਬ ਨਾਲ ਜਿੱਥੇ ਆਪਾਂ ਮੌਜੂਦ ਹੈਗੇ ਆ ਇੱਥੇ ਕੀਮਤ ਚੱਲਦੀ ਪਈ ਏ 35 ਤੋਂ 40 ਲੱਖ ਰੁਪਇਆ ਫੀ ਏਕੜ ਦੇ ਹਿਸਾਬ ਨਾਲ ਤੇ ਦੋਸਤੋ ਇਸ ਜ਼ਮੀਨ ਦੀ ਡਿਮਾਂਡ ਕੀਤੀ ਏ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ 22 ਲੱਖ ਰੁਪਇਆ ਦੋਸਤੋ 2 ਮਰਬੇ ਏ ਜ਼ਮੀਨ ਏ ਯਾਨੀ ਕਿ 50 ਏਕੜ ਏ ਜ਼ਮੀਨ ਏ ਤੇ 22 ਲੱਖ ਰੁਪਏ ਫੀ ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਦੀ ਡਿਮਾਂਡ ਹੈ ਬਿਲਕੁਲ ਪਲੈਨ ਤੇ ਪਧਰਾ ਪਲਾਟ ਹੈ ਆਸ-ਪਾਸ ਰਕਬੇ ਮੁਕੰਮਲ ਆਬਾਦ ਨੇ ਦਰਮਿਆਨ ਦੇ ਵਿੱਚ ਸਿਰਫ ਆਪਣੀ ਇਹ ਜ਼ਮੀਨ ਕੋਈ ਚੰਦ ਸਾਲਾਂ ਤੋਂ ਗੈਰ ਆਬਾਦ ਪਈ ਹੋਈ ਹੈ ਤੇ ਦੋਸਤੋ ਇਸ ਮੂਵੀ ਦੇ ਸਾਹਮਣੇ ਹਾਜੀ ਅਰਫਾਨ ਅਬਾਸ ਸਾਹਿਬ ਦਾ ਨੰਬਰ ਨਹੀਂ ਹੈਗਾ ਜੀ ਲਿਆਜ਼ਾ ਇਸ ਮੂਵੀ ਦੇ ਸਾਹਮਣੇ ਨੰਬਰ ਮੇਰਾ ਮੌਜੂਦ ਹੈਗਾ ਜੀ WhatsApp ਨੰਬਰ ਤੁਸੀਂ WhatsApp ਤੇ ਵਾਇਸ ਮੈਸੇਜ ਕਰਨਾ ਹੈ ਚੈਟ ਕਰਨੀ ਤੁਹਾਨੂੰ ਫੌਰਨ ਉਹਦੀ ਰਿਪਲਾਈ ਮਿਲੇਗੀ ਕਿਉਂਕਿ ਦੋਸਤੋ ਆਪਾਂ ਗੱਲ ਕਰਦੇ ਹੁਣ ਬਿਲਕੁਲ ਸਿੱਧੀ ਤੇ ਬਿਲਕੁਲ ਕਲੀਅਰ ਆਪਣਾ ਕਾਲ ਨੰਬਰ ਬੰਦ ਹੈਗਾ ਜੀ ਤੇ ਆਪਣਾ ਕਾਲ ਨੰਬਰ ਇਸ ਲਈ ਬੰਦ ਹੈਗਾ 80% ਆਪਾਂ ਨੂੰ ਲੋਕ ਜਿਹੜੇ ਕਿ ਨਾ ਵੈਸੇ ਕਾਲਾਂ ਕਰਦੇ ਨੇ ਯਾਨੀ ਕਿ ਜ਼ਮੀਨ ਦੇ ਖਰੀਦਦਾਰ ਨਹੀਂ ਹੁੰਦੇ ਤੇ 20% ਲੋਕ ਆਪਾਂ ਨੂੰ ਜ਼ਮੀਨ ਦੇ ਖਰੀਦਦਾਰ ਕਾਲਾਂ ਕਰਦੇ ਸਨ ਇਸ ਵਾਸਤੇ ਕਿ ਸਮਝ ਨਹੀਂ ਆਉਂਦੀ ਸੀ ਕਿਹੜੇ ਦੋਸਤ ਆਪਣੇ ਕੋਲ ਜ਼ਮੀਨ ਖਰੀਦਣਗੇ ਕਿ ਕਿਹੜੇ ਨਾ ਖਰੀਦਣਗੇ ਲਿਆਦਾ ਇੱਕ ਆਸਾਨ ਜਿਹਾ ਤਰੀਕਾ ਹੈ WhatsApp ਤੇ ਤੁਸੀਂ ਆਪਣੇ ਨਾਲ رابطہ ਕਰੋ ਵਾਇਸ ਮੈਸੇਜ ਕਰੋ ਚੈਟ ਕਰੋ ਤੇ ਜ਼ਮੀਨ ਵੇਖੋ ਕਿਉਂਕਿ ਜਿਹੜੇ ਦੋਸਤ ਨੇ ਆਪਣੇ ਕੋਲ ਜ਼ਮੀਨ ਲੈਣੀ ਹੁੰਦੀ ਹੈ ਨਾ ਯਾਨੀ ਕਿ ਸੀਰੀਅਸ ਰਾਤ ਉਹਨਾਂ ਨੇ ਆਪਣੇ ਨਾਲ رابطہ WhatsApp ਤੇ ਲਾਜ਼ਮੀ ਤੇ ਖਾਰੂਸੂਰਤ ਕਰਨਾ ਹੈਗਾ ਜੀ ਤੇ ਬਾਕੀ ਆਪਣੀ ਜਿੰਨੀ ਵੀ ਜ਼ਮੀਨਾਂ ਦੀ ਵੀਡੀਓ ਹੈਗੀ ਨਾ ਇਸ ਤੋਂ ਇਲਾਵਾ ਯਾਨੀ ਕਿ ਇਕ ਵੱਲ ਦੇ ਇਲਾਕੇ ਦੀਆਂ ਸਾਹਮਣੇ ਹਾਜੀ ਅਰਫਾਨ ਅਬਾਦ ਸਾਹਿਬ ਦੇ ਦੋ ਨੰਬਰ ਲੱਗੇ ਹੁੰਦੇ ਨੇ ਬਕਾਇਦਾ ਸਕਰੀਨ ਤੇ ਯਾਨੀ ਕਿ ਕਾਲ ਨੰਬਰ ਅਲੱਗ ਤੇ WhatsApp ਨੰਬਰ ਅਲੱਗ ਯਾਨੀ ਕਿ ਹਾਜੀ ਅਰਫਾਨ ਅਬਾਦ ਸਾਹਿਬ ਦੇ ਦੋ ਨੰਬਰ ਸਾਹਮਣੇ ਸਕਰੀਨ ਤੇ ਲੱਗੇ ਹੁੰਦੇ ਨੇ ਹਰ ਮੂਵੀ ਦੀ ਸਾਹਮਣੇ ਸਕਰੀਨ ਤੇ ਤੇ ਮੇਰਾ WhatsApp ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਇਸ ਮੂਵੀ ਦੇ ਸਾਹਮਣੇ ਸਕਰੀਨ ਤੇ ਮੇਰਾ WhatsApp ਨੰਬਰ ਲੱਗਿਆ ਹੋਇਆ ਹੈ ਤੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ WhatsApp ਨੰਬਰ ਲੱਗਿਆ ਹੋਇਆ ਹੈ ਕਿਉਂਕਿ ਇਹ ਜ਼ਮੀਨ ਐ ਸੜਦੀ ਹੈਗੀ ਇਹ ਵੈਸੇ ਤਾਂ ਹੁਣ ਮੈਂ ਚਕਵਾਲ ਦੇ ਇਲਾਕੇ 'ਚ ਜ਼ਿਆਦਾ ਹੁਣਾ ਲੇਕਿਨ ਫਿਲਹਾਲ ਮੈਂ ਇੱਥੇ ਆ ਗਿਆ ਕਿਉਂਕਿ ਇਹ ਜ਼ਮੀਨ ਦੀ ਥੋੜੀ ਹੋਰ ਡੀਲ ਕਰਨੀ ਇਨਸ਼ਾਅੱਲਾ ਤੇ ਚੰਦਨਾ ਬਾਅਦ ਦੁਬਾਰਾ ਫਿਰ ਵਾਪਸੀ ਇਨਸ਼ਾਅੱਲਾ ਚਕਵਾਲ ਦੇ ਇਲਾਕੇ 'ਚ ਕਿਉਂਕਿ ਜਿਵੇਂ ਕਿ ਮੈਂ ਦੋਸਤਾਂ ਨਾਲ ਪਹਿਲੇ ਗੱਲ ਕਰ ਚੁੱਕਿਆ ਨਾ ਕਿ ਆਪਣਾ 80% ਕੰਮ ਅਗਿਆ ਹੁਣ ਚਕਵਾਲ ਦੇ ਇਲਾਕੇ 'ਚ ਇਸ ਇਲਾਕੇ 'ਚ ਆਪਣਾ ਸਿਰਫ 20% ਕੰਮ ਰਹਿ ਗਿਆ ਹੈ ਯੋ ਕਿ ਉੱਥੇ ਆਪਾਂ ਨੂੰ ਅੱਛੀ ਲੋਕੇਸ਼ਨ ਵਾਲੀ ਜ਼ਮੀਨ ਅੱਧ ਕੀਮਤ ਦੇ ਵਿੱਚ ਮਿਲ ਜਾਂਦੀ ਏ ਤੇ ਦੂਸਰੇ ਨੰਬਰ ਤੇ ਉਸ ਇਲਾਕੇ ਚ ਪਾਣੀ ਕਰੀਬ ਹੁੰਦਾ ਹੈ ਤੇ ਸ਼ਰਤਾਂ ਮਿਠਾ ਹੁੰਦਾ ਹੈ ਤੇ ਦੋਸਤੋ 22 ਲੱਖ ਰੁਪਏ فی ਏਕੜ ਦੇ ਹਿਸਾਬ ਨਾਲ ਡਿਮਾਂਡ ਹੈ ਹਲਕੀ ਭੁਲਕੀ ਕਮੀ ਪੇਸ਼ੀ ਮਾਲਕ ਦੇ ਕਹਿਣ ਦਾ ਮੁਤਾਬਕ ਹੋ ਜਾਏਗੀ ਤੇ ਦੋਸਤੋ ਮੈਂ ਤੁਹਾਡਾ ਦੋਸਤ ਅਬਦਲ ਵਾਹਿਦ ਵੀਡੀਓ ਅੱਛੀ ਲੱਗੇ ਤੇ ਲਾਈਕ ਤੇ ਸ਼ੇਅਰ ਇਜ਼ ਜ਼ਰੂਰ ਕਰੋ ਤੇ ਆਪਣੇ ਬਿਹਤਰੀਨ ਜੁਕਮੈਂਟਸ ਲੈ ਕੇ ਭੇਜੋ ਇਨਸ਼ਾ ਅੱਲਾ ਤਾਲਾ ਬਸ਼ਰਤ ਤੇ ਜ਼ਿੰਦਗੀ ਬਾ ਫਜ਼ਲਿ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼